ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਗੱਲ ਕਰਨ ਜਾ ਰਿਹਾ ਪ੍ਰੀਤ ਚੱਟੀ ਨਾਲ ਹੀ ਦੋਸਤੋ, ਗੱਲ ਹੋਏਗੀ ਸੁਖਦੀਪ ਦੀ। ਤੁਹਾਨੂੰ ਪਤਾ ਹੈਗਾ ਦੋਸਤੋ, ਦੋਨੋਂ ਸੋਸ਼ਲ ਮੀਡੀਆ ਉੱਪਰ ਕਾਫੀ ਜ਼ਿਆਦਾ ਐਕਟਿਵ ਨੇ ਅਤੇ ਹਾਲ ਫਿਲਹਾਲ ਦੇ ਵਿੱਚ ਦੋਨਾਂ ਦਾ ਨਾਮ ਕਾਫੀ ਚਰਚਾ ਵਿੱਚ ਹੈ, ਖਾਸ ਕਰ ਇੰਸਟਾਗ੍ਰਾਮ ਦੇ ਉੱਪਰ। ਇੰਸਟਾਗ੍ਰਾਮ ਦੇ ਪੇਜੀ ਸਿੰਘ ਨੇ ਲਗਾਤਾਰ ਇਹਨਾਂ ਦੇ ਵੀਡੀਓ ਸ਼ੇਅਰ ਕਰਦੇ ਪਏ ਨੇ। ਹੁਣ ਦੋਸਤੋ ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰੀਤ ਚੱਟੀ ਦੇ ਵਿਆਹ ਦੀ ਖਬਰ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗੂ ਫੈਲ ਗਈ ਹੈ। ਜਿੰਨੇ ਵੀ ਪ੍ਰੀਤ ਚੱਟੀ ਦੇ ਫੈਨਸ ਹੈਗੇ ਸੀ ਕਾਫੀ ਜ਼ਿਆਦਾ ਸ਼ੌਕ ਹੋ ਗਏ। ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸੁਖਦੀਪ ਇੱਕ ਲੜਕਾ ਜਿਹਦੇ ਨਾਲ ਪ੍ਰੀਤ ਚੱਟੀ ਦੀ ਕੁਛ ਗੱਲਾਂ ਨੂੰ ਲੈ ਕੇ ਕੌਂਟਰੋਵਰਸੀ ਹੋਈ ਸੀ ਅਤੇ ਪ੍ਰੀਤ ਚੱਟੀ ਨੇ ਖਾਸ ਕਰ ਉਹਨੂੰ ਘਰ ਬੁਲਾ ਕੇ ਇੱਕ ਵੀਡੀਓ ਰਿਕਾਰਡ ਕੀਤੀ ਜਿਹਦੇ ਵਿੱਚ ਪ੍ਰੀਤ ਚੱਟੀ ਇਸ ਨੂੰ ਥੱਪੜ ਮਾਰਦੀ ਹੋਈ ਨਜ਼ਰ ਆ ਰਹੀ ਸੀ। ਜੀ ਹਾਂ ਦੋਸਤੋ, ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰੀਤ ਚੱਟੀ ਦੇ ਵਿਆਹ ਦੀ ਖਬਰ ਜਦੋਂ ਸੁਖਦੀਪ ਤੱਕ ਪਹੁੰਚਦੀ ਹੈ ਤਾਂ ਉਹਦੇ ਵੱਲੋਂ ਵੀ ਇੱਕ ਸੋਸ਼ਲ ਮੀਡੀਆ ਉੱਪਰ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਜਿਹਦੇ 'ਤੇ ਉਹ ਆਪਣਾ ਰੋਸ ਜ਼ਾਹਿਰ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਦੇ ਉੱਪਰ ਸੁਖਦੀਪ ਇੱਦਾਂ ਦਰਸਾਉਂਦਾ ਪਿਆ ਕਿ ਉਹ ਬਹੁਤ ਲਾਈਕ ਕਰਦਾ ਸੀ, ਬਹੁਤ ਪਿਆਰ ਕਰਦਾ ਸੀ ਪ੍ਰੀਤ ਚੱਟੀ ਨੂੰ। ਹੁਣ ਦੋਸਤੋ, ਪ੍ਰੀਤ ਚੱਟੀ ਦੇ ਵਿਆਹ ਦੀ ਖਬਰ ਜਿਵੇਂ ਸੋਸ਼ਲ ਮੀਡੀਆ ਉੱਪਰ ਫੈਲੀ ਹੈ, ਉਸ ਤੋਂ ਬਾਅਦ ਸੁਖਦੀਪ ਨੇ ਇੱਕ ਵੀਡੀਓ ਪਾਈ ਹੈ ਸੋਸ਼ਲ ਮੀਡੀਆ ਉੱਪਰ ਜੋ ਤੁਹਾਡੀ ਸਕਰੀਨ ਦੇ ਉੱਪਰ ਚੱਲਦੀ ਪਈ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ, ਕਮੈਂਟ ਸੈਕਸ਼ਨ ਆਪਣੀ ਰਾਏ ਜ਼ਰੂਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਹੋਰ ਵੀਡੀਓ ਨਾਲ। ਧੰਨਵਾਦ।